ਅਸਲਾਮ ਅਲੈਕੁਮ ਜੀ ਐਂਡ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ। ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਜੀ। ਜਗਤ ਸੰਗਤ ਬਹੁਤ ਬਹੁਤ ਲੱਖ ਲੱਖ ਵਧਾਈਆਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਪਿੱਛੇ ਸਕਲਪਚਰ ਜਿਹੜਾ ਪਲੇਸ ਹੋ ਗਿਆ ਉਹ ਸਾਡੇ ਨਾਲ ਈਸਟ ਪੰਜਾਬ ਤੋਂ ਭਾਰਤ ਤੋਂ ਆਈਆਂ ਹੋਈਆਂ ਸੰਗਤਾਂ ਜਿਹੜੀਆਂ ਨੇ ਸਾਡੇ ਨਾਲ ਨੇ, ਖੁਸ਼ੀ ਨਾਲ ਨਿਹਾਲ ਨੇ, ਔਰ ਇਹ ਸੈਰੇਮਨੀ ਅਟੈਂਡ ਕਰਨ ਵਾਸਤੇ ਵੀਰ ਹੁਰੀ ਇੱਥੇ ਆਏ ਨੇ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਆਪ ਜੀ ਕਿੱਥੋਂ ਤਸ਼ਰੀਫ ਲੈ ਕੇ ਆਏ? ਮੈਂ ਜੀ ਐਮ ਪੀ ਇੰਦੌਰ ਤੋਂ। ਇੰਦੌਰ ਤੋਂ ਆਏ ਹੋ ਅਤੇ ਖਾਸ ਤੁਸੀਂ ਇਸ ਸੈਰੇਮਨੀ ਵਾਸਤੇ? ਬਿਲਕੁਲ ਬਿਲਕੁਲ ਜੀ, ਮਹਾਰਾਜਾ ਰਣਜੀਤ ਸਿੰਘ ਦੀ 180th ਜਿਹੜੀ ਹੈ ਡੈਥ ਸੈਰੇਮਨੀ ਹੈ ਉਹਦੇ ਵਾਸਤੇ ਇੱਥੇ ਆਏ ਨੇ ਪਾਕਿਸਤਾਨ ਤੋਂ। ਕਿੱਦਾਂ ਦੀ ਫੀਲਿੰਗ ਆ ਰਹੀ ਹੈ ਜੀ? ਬਹੁਤ ਵਧੀਆ ਜੀ, ਆਪਣਾ ਮੁਲਕ ਹੈ ਬਿਲਕੁਲ। ਅਤੇ ਅੱਜ ਕਿੱਦਾਂ, ਮਤਲਬ ਕਿ ਤੁਸੀਂ ਜਿਹੜੀ ਪਲੇਸਿੰਗ ਕੀਤੀ, ਸਾਰਾ ਕੁਛ ਕੀਤਾ, ਤੁਹਾਨੂੰ ਕਿੱਦਾਂ ਦਾ ਲੱਗਿਆ? ਬਹੁਤ ਵਧੀਆ, ਇੰਜੋਏ ਕੀਤਾ ਸਾਰਾ ਦਿਨ, ਸਾਰਿਆਂ ਨਾਲ ਸਤਿਕਾਰ ਕੀਤਾ। ਜਗਤ ਸੰਗਤ ਨੂੰ ਕੀ ਪੈਗਾਮ ਦੇਣਾ ਚਾਹੋਗੇ ਤੁਸੀਂ ਇੱਕ ਗੁਰਸਿੱਖ ਹੋਣ ਦੇ ਨਾਤੇ? ਮੈਂ ਤਾਂ ਇਹ ਕਹਾਂਗਾ ਸਾਰਿਆਂ ਨੂੰ ਆਉਣਾ ਚਾਹੀਦਾ, ਬਹੁਤ ਪ੍ਰੇਮ ਪਿਆਰ ਮਿਲਦਾ ਇੱਥੇ ਜੀ। ਔਰ ਕਿੱਦਾਂ ਦਾ ਲੱਗ ਰਿਹਾ ਇਹ ਸਾਰਾ ਜਿਹੜੀ ਹੋਈ ਹੈ ਇੱਥੇ, ਜਿੰਨੀ ਵੀ ਸੈਰੇਮਨੀ ਹੋਈ ਹੈ, ਫਸਟ ਟਾਈਮ ਪਾਕਿਸਤਾਨ ਦੇ 72 ਸਾਲਾਂ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਇੱਦਾਂ ਦਾ ਕੋਈ ਕੰਮ ਹੋਇਆ? ਬਿਲਕੁਲ ਜੀ, ਸ਼ਲਾਨਾ ਹੀ ਹੋ ਗਿਆ। ਬਿਲਕੁਲ ਵਧੀਆ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ, ਬਹੁਤ। ਹਾਂਜੀ, ਚੱਲਦੇ ਹਾਂ ਅਸੀਂ ਦੂਜੇ ਵੀਰ ਜੀ। ਜੀ ਵੀਰ ਜੀ, ਕੀ ਨਾਮ ਹੈ ਆਪਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਦਿੱਲੀ ਤੋਂ ਆਇਆ, ਤਿਲਕ ਨਗਰ ਤੋਂ ਜੀ। ਤਿਲਕ ਨਗਰ ਤੋਂ ਇੱਥੇ ਆਏ ਹਾਂ ਅਸੀਂ ਯਾਤਰਾ 'ਤੇ। ਜੀ ਜੀ, ਮਹਾਰਾਜ ਰਣਜੀਤ ਸਿੰਘ ਦੀ ਬਰਸੀ ਹੈ। ਹਾਂਜੀ। ਅਤੇ ਪਾਕਿਸਤਾਨ ਆਇਆ, ਪਾਕਿਸਤਾਨ ਵਾਲਿਆਂ ਨੇ ਬਹੁਤ ਸਾਡੀ ਸੇਵਾ ਕੀਤੀ ਹੈ, ਬਹੁਤ ਇੱਜ਼ਤ ਦਿੱਤੀ ਹੈ। ਇੰਨੀ ਇੱਜ਼ਤ ਤਾਂ ਕੋਈ ਬਾਹਰਲਾ ਵੀ ਨਹੀਂ ਦਿੰਦਾ ਜਿੰਨੀ ਇੱਜ਼ਤ ਇਹਨਾਂ ਨੇ ਦਿੱਤੀ ਹੈ। ਬਹੁਤ ਪਿਆਰ ਦਿੱਤਾ ਸਾਨੂੰ ਇੱਕ ਦਿਨ 'ਚ ਹੀ, ਅੱਜ ਹੀ ਅਸੀਂ ਦੇਖਿਆ ਵੀ ਬਹੁਤ ਪਿਆਰ ਦਿੱਤਾ, ਇਤਨਾ ਪਿਆਰ ਦਿੱਤਾ ਕਿ ਕਹਿਣ ਦੀ ਗੱਲ ਨਹੀਂ ਹੈਗੀ ਜੀ। ਅਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਿ ਵੀ ਸ਼ੇਰੇ ਪੰਜਾਬ ਦਾ ਜਿਹੜਾ ਐਡਾ ਵੱਡਾ ਜਿਹੜੀ? ਅਸੀਂ ਇੱਥੇ ਮਹਾਰਾਜ ਰਣਜੀਤ ਸਿੰਘ ਦੀ ਬਰਸੀ 'ਤੇ ਇੱਥੇ ਪਹਿਲੀ ਵਾਰੀ ਆਏ ਹਾਂ ਇਸ ਗਰਾਊਂਡ 'ਚ, ਇਸ ਜਗ੍ਹਾ 'ਤੇ ਵੀ ਮਹਾਰਾਜ ਅੱਗੇ ਕਦੀ ਨਹੀਂ ਆਏ ਜੀ। ਅਤੇ ਬਹੁਤ ਅੱਛਾ ਲੱਗਾ। ਹੁਣ ਪਰਸੋਂ 29 ਤਰੀਕ ਬਰਸੀ ਹੈਗੀ ਮਹਾਰਾਜ ਰਣਜੀਤ ਸਿੰਘ ਦੀ, ਗੁਰਦੁਆਰੇ ਪ੍ਰੋਗਰਾਮ ਹੈ। ਅੱਛਾ ਜੀ। ਅਸੀਂ ਉਸ ਤੋਂ ਬਾਅਦ ਅੱਗੇ ਰਵਾਨਗੀ ਕਰਾਂਗੇ, ਫਿਲਹਾਲ ਅਸੀਂ ਇੱਥੇ ਹੀ ਹਾਂ। ਤੁਸੀਂ ਪੂਰੇ ਦਰਸ਼ਨ ਕਰਨੇ ਨੇ, ਜਿੰਨੇ ਵੀ ਗੁਰਦੁਆਰੇ ਨੇ ਸਾਰੇ ਸਾਰਿਆਂ ਦੇ ਦਰਸ਼ਨ ਕਰ ਲੈਣੇ? ਵਾਹ ਜੀ ਵਾਹ, ਪਹਿਲੀ ਵਾਰ ਪਾਕਿਸਤਾਨ ਆਏ ਹਾਂ? ਹਾਂਜੀ, ਪਹਿਲੀ ਵਾਰੀ ਆਏ ਹਾਂ। ਬਹੁਤ ਖੁਸ਼ੀ ਮਿਲੀ ਹੈ ਰਸਤੇ 'ਚ ਆਏ ਹਾਂ। ਘੱਟ ਤੋਂ ਘੱਟ 150 ਆਦਮੀਆਂ ਨੇ ਸਾਨੂੰ ਸੈਲਫੀ ਵਾਸਤੇ ਰੋਕਿਆ ਜੀ, ਸੈਲਫੀ ਦਿਓ ਸਾਨੂੰ ਜੀ। ਘੱਟ ਤੋਂ ਘੱਟ 150 ਬੰਦਿਆਂ ਨੇ, ਜਿਹੜੀ ਗੱਲ ਕਹਿੰਦੇ ਸਾਨੂੰ ਪੌਣਾ ਘੰਟਾ ਲੱਗ ਗਿਆ ਉੱਥੋਂ ਦੀ ਇੱਥੇ ਤੱਕ ਆਉਂਦੇ ਹਾਂ। ਜਿਹੜੀ ਗੱਲ ਕਹਿੰਦੇ ਹੈ ਕਿ ਇਹ ਸਿੰਗਲ ਸਿੱਖ ਇਜ਼ ਸਪੈਸ਼ਲ ਇਨ ਪਾਕਿਸਤਾਨ, ਕਿ ਇੱਕ ਇਕੱਲਾ ਇਕੱਲਾ ਵਿਅਕਤੀ ਸਿੱਖ ਜਿਹੜਾ ਉਹ ਪਾਕਿਸਤਾਨ 'ਚ ਸਪੈਸ਼ਲ ਹੈ, ਇੱਦਾਂ ਹੀ ਹੈ? ਅਸੀਂ ਕਹਿੰਦੇ ਆਉਣਾ ਚਾਹੀਦਾ ਜੀ। ਨਹੀਂ ਮਤਲਬ ਕਿ ਸਪੈਸ਼ਲ ਟ੍ਰੀਟਮੈਂਟ ਜਿਹੜਾ ਵਾ, ਸਪੈਸ਼ਲ ਟ੍ਰੀਟਮੈਂਟ ਕਰਨ ਤਾਂ ਨਾ ਹਿੰਦੁਸਤਾਨ ਦੀ ਗੌਰਮੈਂਟ ਚਾਹੁੰਦੀ ਨਹੀਂ ਕਰਨ। ਓਕੇ, ਗੌਰਮੈਂਟ ਹੀ ਨਹੀਂ ਚਾਹੁੰਦੀ ਕਰਨ, ਅਸੀਂ ਤਾਂ ਚਾਹੁੰਦੇ ਹਾਂ ਹੋਏ, ਅੱਛਾ ਪਿਆਰ ਮਿਲੇ, ਅੱਛਾ ਪਿਆਰ ਦਿਆਂਗੇ ਕਿਸੇ ਨੂੰ, ਪਿਆਰ ਮਿਲੇਗਾ ਨਾ ਸਾਨੂੰ। ਸਰਕਾਰਾਂ ਨੂੰ ਚਾਹੀਦਾ ਕਿ ਵੀ ਮਿਲ ਜੁਲ ਕੇ ਕੰਮ ਕਰਨ, ਮਿਲਣ ਜੁਲਣ ਆਪਸ ਵਿੱਚ, ਵੀ ਪਬਲਿਕ ਖੁਸ਼ ਰਹੇ। ਸਾਡੇ ਸਾਡੇ ਵੀਰ ਜਿਹੜੇ ਨੇ ਮੇਨ ਜਿਹੜੇ ਇਸ ਦੀ ਬੁਨਿਆਦ ਜਿਹੜੀ ਹੈ ਬੋਬੀ ਸਿੰਘ ਬੰਸਲ ਜੀ ਨੇ, ਔਰ ਨਾਲ ਹੀ ਨਾਲ ਸਾਡੀ ਭਾਬੀ ਜੀ ਵੀ ਨੇ ਆਏ। ਫਸਟ ਟਾਈਮ ਮੈਂ ਭਾਬੀ ਜੀ ਨੂੰ ਦੇਖਿਆ, ਇਹਨਾਂ ਨੇ ਮੈਨੂੰ ਦੇਖਿਆ ਹੀ ਹੋਣਾ ਪ੍ਰੋਗਰਾਮਾਂ 'ਚ। ਬੋਬੀ ਵੀਰ ਜੀ, ਤੁਹਾਨੂੰ ਲੱਖੋ ਲੱਖ ਵਧਾਈਆਂ ਜੀ। ਸਭ ਤੋਂ ਪਹਿਲੇ ਤਾਂ ਮੈਂ ਕਹਾਂਗਾ ਕਿ ਅੱਜ ਕਿੱਦਾਂ, ਮਤਲਬ ਕਿ ਸਾਰਾ ਦਿਨ ਇਸੇ ਚੀਜ਼ 'ਚ ਨੰਘਿਆ ਕਿ ਕਿੱਦਾਂ ਦਾ ਲੱਗ ਰਿਹਾ, ਕਿੱਦਾਂ ਦਾ ਲੱਗ ਰਿਹਾ, ਸਾਰੇ ਇਹੀ ਪੁੱਛ ਰਹੇ ਨੇ। ਤੁਹਾਨੂੰ ਕਿੱਦਾਂ ਲੱਗ ਰਿਹਾ? ਮੈਨੂੰ ਤਾਂ ਬਹੁਤ ਹੀ ਵਧੀਆ ਲੱਗ ਰਿਹਾ। 2 ਸਾਲ ਪਹਿਲੇ ਮੈਨੂੰ ਪਤਾ ਸੀਗਾ ਕਿ ਤੁਸੀਂ ਇਹ ਕੰਮ ਕਰਨਾ, ਮੇਰੇ ਨਾਲ ਹੀ ਸੀਗੇ ਜਦੋਂ ਅਸੀਂ ਪਲਾਨ ਕੀਤਾ ਸੀ। ਤੁਸੀਂ ਨਾਲ ਹੀ ਸੀ? ਮੈਂ ਨਾਲ ਹੀ ਸੀਗਾ ਨਾ। ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ ਸਾਡੇ ਵਾਸਤੇ, ਪਾਕਿਸਤਾਨ ਵਾਸਤੇ, ਲਾਹੌਰ ਵਾਸਤੇ। ਇੱਕ ਤੋਹਫਾ ਦਿੱਤਾ ਪਾਕਿਸਤਾਨ ਨੇ, ਕਿਉਂਕਿ ਸਾਨੂੰ ਇੰਨਾ ਪਿਆਰ ਦਿੰਦੇ, ਅਸੀਂ ਕੀ ਦਿੱਤਾ ਉਹਨੂੰ? ਕੁਛ ਨਹੀਂ ਦਿੱਤਾ। ਚਲੋ ਅਸੀਂ ਅੱਜ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਮੁੜ ਕੇ ਦਿੱਤਾ, ਮੁੜ ਕੇ ਦੇ ਦਿੱਤਾ ਜੀ। ਵਾਕਈ ਜੀ, ਉੱਥੇ ਅਸੀਂ ਉਹਨੂੰ ਖੜਾ ਕੀਤਾ ਜਿੱਥੇ ਉਹਦਾ ਰਾਜ ਚੱਲਦਾ ਸੀ, ਮਾਂ ਜਿੰਦਾਂ ਦੀ ਹਵੇਲੀ ਦੇ ਬਾਹਰ ਜਿੱਥੇ ਦਲੀਪ ਸਿੰਘ ਪੈਦਾ ਹੋਏ ਸੀ, ਆਠ ਦਰਾ ਦੇ ਸਾਹਮਣੇ ਉੱਥੇ ਉਹਦਾ ਦਰਬਾਰ ਲੱਗਦਾ ਸੀ। ਤਾਂ ਇੱਦਾਂ ਲੱਗਦਾ ਅਸੀਂ ਉਸੇ ਵਕਤ ਉਸੇ ਦੌੜ 'ਚ ਅਸੀਂ ਮੁੜ ਕੇ ਆ ਗਏ। ਆਹ ਸਾਡਾ ਰਾਜਾ ਹੈ, ਦੇਖੋ ਹੁਣ ਸਾਨੂੰ ਹੁਕਮ ਕਰੇ, ਅਸੀਂ ਕੀ ਇਹਦੇ ਵਾਸਤੇ ਕਰ ਸਕਦੇ ਹਾਂ? ਬਿਲਕੁਲ ਜੀ, ਅਸੀਂ ਮੁੜ ਕੇ ਹੈ ਤਾਂ ਪੂਰਾ ਉਹੀ ਆ, ਪਰ ਬੋਲਦਾ ਨਹੀਂ ਵੈਸੇ ਇੰਨਾ। ਨਹੀਂ, ਉਹ ਬਸ ਦੇਖਦਾ, ਹੁਕਮ ਦੇਵੇ ਕਿ ਤੁਸੀਂ ਹਨਾ ਸਾਰੇ ਪਾਕਿਸਤਾਨ ਆਓ, ਮੇਰੇ ਭਰਾ ਭੈਣਾਂ ਜਿੱਥੇ ਤੁਸੀਂ ਹੈਗੇ, ਕੈਨੇਡਾ ਜਾਂ ਆਸਟ੍ਰੇਲੀਆ, ਯੂਰਪ, ਖਾਸ ਇੰਡੀਆ, ਕਿ ਇੱਥੇ ਪਿਆਰ ਬਹੁਤ ਮਿਲਦਾ ਆ, ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿੰਨਾ ਇੱਜ਼ਤ ਮਿਲਦੀ ਆ। ਹੁਣ ਹਰਵਿੰਦਰ ਨੂੰ ਮਹਿਸੂਸ ਹੋਇਆ ਮੈਂ ਕਿਉਂ ਪਾਕਿਸਤਾਨ ਆਇਆ, ਇਹਨੂੰ ਖੁਦ ਪੁੱਛ ਲਓ। ਭਾਬੀ ਜੀ, ਯੂਅਰ ਫਸਟ ਟਾਈਮ ਇਨ ਪਾਕਿਸਤਾਨ? ਜੀ, ਮੇਰਾ ਪਹਿਲੀ ਦਫਾ ਮੈਂ ਪਾਕਿਸਤਾਨ ਆਇਆ। ਭਾਬੀ ਜੀ, ਕਿੱਦਾਂ ਦੀ ਫੀਲਿੰਗ ਆ ਰਹੀ ਹੈ ਪਾਕਿਸਤਾਨ ਆ ਕੇ? ਤੁਹਾਡਾ ਵੈਸੇ ਤੇ ਸੋਹਰਾ ਘਰ ਵੀ ਹੈ ਮੈਨੂੰ ਪਤਾ, ਲੋਕਾਂ ਨੂੰ ਨਹੀਂ ਪਤਾ, ਤੁਸੀਂ ਆਪਣੇ ਸੋਹਰੇ ਵੀ ਆਏ ਹੋਏ ਹੋ ਜੀ ਜੀ, ਤੇ ਆਪਣੇ ਅਸਲ ਸਸੁਰਾਲ ਆ ਕੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ? ਜੀ, ਬਹੁਤ ਅੱਛਾ ਲੱਗ ਰਿਹਾ, ਇੱਥੇ ਲੋਕੀ ਬਹੁਤ ਫਰੈਂਡਲੀ ਨੇ, ਤੇ ਅੱਜ ਜਿਹੜਾ 180th ਡੈਥ ਐਨੀਵਰਸਰੀ ਅਸੀਂ ਮਨਾ ਰਹੇ ਆ ਮਹਾਰਾਜਾ ਰਣਜੀਤ ਸਿੰਘ ਦਾ, ਅਤੇ ਆ ਯਾਦਗਾਰੀ ਜਿਹੜਾ ਬਣਾਇਆ ਆ ਇਹਦੇ ਨਾਲ ਟੂਰਿਜ਼ਮ ਵੀ ਵਧੇਗਾ ਅਤੇ ਨਾਲ ਰਿਲੇਸ਼ਨਸ਼ਿਪ ਵੀ ਵਧਣਗੇ, ਅਤੇ ਪਾਕਿਸਤਾਨ ਕਾਫੀ ਲੋਕ
ਹੁਣ ਤਾਂ ਤੁਸੀਂ ਬੋਬੀ ਜੀ ਨੂੰ ਨਹੀਂ ਪੁੱਛੋਗੇ ਨਾ ਕਿ ਤੁਸੀਂ ਵਾਰ ਵਾਰ ਪਾਕਿਸਤਾਨ ਕਿਉਂ ਜਾਂਦੇ ਹੋ? ਮੈਂ ਨਹੀਂ ਪੁੱਛੂਗੀ, ਨਹੀਂ ਨਹੀਂ ਬੋਬੀ ਜੀ ਦਾ ਵੀ ਇੱਕ ਪੈਸ਼ਨ ਹੈ ਜੀ, ਇਹਨਾਂ ਦਾ ਲਵ ਹੈ, ਔਰ ਥਰੂ ਆਊਟ ਮੈਂ ਤਾਂ ਕਾਫੀ ਅਰਸੇ ਤੋਂ ਇਹਨਾਂ ਨੂੰ ਵਾਚ ਕਰ ਰਿਹਾ ਵਾਂ, ਔਰ ਇਹਨਾਂ ਦੀ ਜਿਹੜੀ ਸੇਵਾ ਹੈ ਸ਼ਾਇਦ ਅਸੀਂ ਵੀ ਉਹਨੂੰ ਹੀ ਦੇਖ ਕੇ ਅੱਗੇ ਆਏ ਸੀ ਕਿ ਯਾਰ ਇੰਨਾ ਵੱਡਾ ਕੰਮ ਕਰ ਰਹੇ ਨੇ ਅਤੇ ਸਾਡੇ ਮੁਲਕ ਦਾ ਸਾਰਾ ਕੁਝ ਸਰਮਾਇਆ ਇੱਥੇ ਪਿਆ ਹੋਇਆ ਪੰਜਾਬ ਦੇ ਵਿੱਚ, ਕਿਉਂ ਨਾ ਇੱਥੇ ਕੁਝ ਕੀਤਾ ਜਾਏ, ਇਹੋ ਜਿਹਾ ਕੀਤਾ ਜਾਏ ਸਮਥਿੰਗ ਡਿਫਰੈਂਟ ਹੋਵੇ। ਅਤੇ ਬੋਬੀ ਜੀ ਦਾ ਮਿਸ਼ਨ ਵੀ ਇੱਕ ਡਿਫਰੈਂਟ ਸੀ, ਇਹ ਇਹਨਾਂ ਨੇ ਉਸ ਦੌਰ ਦੇ ਵਿੱਚ ਕੰਮ ਕੀਤਾ ਜਦੋਂ ਕੋਈ ਵੀ ਇਸ ਚੀਜ਼ ਦੇ ਉੱਤੇ ਇਸ ਮੁੱਦੇ 'ਤੇ ਕੰਮ ਨਹੀਂ ਸੀ ਕਰ ਰਿਹਾ, ਲੇਕਿਨ ਜਿਸ ਤਰ੍ਹਾਂ ਮੈਂ ਸ਼ੁਰੂ ਕੀਤਾ ਉਸ ਵੇਲੇ ਵੀ ਡਿਜੀਟਲਾਈਜ਼ ਕੋਈ ਨਹੀਂ ਸੀ ਕਰ ਰਿਹਾ, ਕਿਉਂਕਿ ਵੀਡੀਓ ਸ਼ਾਰਟ ਡਾਕੂਮੈਂਟਰੀ ਜਿਹੜੀਆਂ ਨੇ 1000 ਤੋਂ ਜ਼ਿਆਦਾ ਮੇਰੀ ਵੀਡੀਓਜ਼ ਜਿਹੜੀਆਂ ਨੇ ਉਹ ਫਲੋਟ ਕਰ ਰਹੀਆਂ ਨੇ। ਅਤੇ ਬੋਬੀ ਜੀ ਹਾਜ਼ਰ ਬਣੇ, ਮੈਂ ਤਾਂ ਚਾਹੁੰਦਾ ਕਿ ਜਿੱਦਾਂ ਅਸੀਂ ਸ਼ੁਰੂਆਤ ਕੀਤਾ, ਅੱਗੇ ਜਿਹੜਾ ਹੁਣ ਜਨਰੇਸ਼ਨ ਆ ਰਿਹਾ ਤੁਸੀਂ ਕਰੋ ਅੱਗੇ, ਹੋ ਅਸੀਂ ਕੀਤਾ ਸ਼ੁਰੂ, ਅੱਗੇ ਤੁਸੀਂ ਉਹਨੂੰ ਅੱਗੇ ਲੈ ਕੇ ਜਾਓ ਜਿੱਥੇ ਤੱਕ ਤੁਸੀਂ ਲੈ ਕੇ ਜਾ ਸਕਦੇ ਆ, ਪਾਕਿਸਤਾਨ ਨੂੰ ਉੱਥੇ ਤੱਕ ਲੈ ਕੇ ਜਾਓ ਜਿੱਥੇ ਅਸੀਂ। ਸਾਡੇ ਸਰੋਤਿਆਂ ਲਈ ਤੁਸੀਂ ਕੀ ਕਹੋਗੇ, ਸਾਡੀ ਟੀਮ ਲਈ, ਰੇਡੀਓ ਸਾਡੇ ਵਾਲਾ ਦੀ ਟੀਮ ਜਿਹੜੀ ਹੈ, ਸਾਰਿਆਂ ਦਾ ਜਿੰਨੇ ਮਹਿਮਾਨ ਇੱਥੇ ਆਏ ਆ ਸਾਰਿਆਂ ਦਾ ਸ਼ੁਕਰ ਗੁਜ਼ਾਰ ਕਰਦਾ ਹਾਂ ਕਿ ਤੁਹਾਡੇ ਬਿਨਾਂ ਇਹ ਪ੍ਰੋਗਰਾਮ ਨਹੀਂ ਅੱਜ ਹੋ ਸਕਦਾ ਸੀ, ਤੁਸੀਂ ਸਾਰੇ ਸ਼ਾਮਿਲ ਹੋਏ, ਅਸੀਂ ਇਕੱਠੇ ਹੋਏ ਆ ਅੱਜ ਇਤਿਹਾਸਿਕ ਦਿਨ ਨਾ, 180 ਸਾਲ ਬਾਅਦ ਅਸੀਂ ਸਾਰੇ ਇਕੱਠੇ ਹੋਏ ਆ, ਮਹਾਰਾਜਾ ਰਣਜੀਤ ਸਿੰਘ ਨੂੰ ਮੁੜ ਕੇ ਲਾਹੌਰ ਲੈ ਕੇ ਉੱਥੇ ਉਹਨੂੰ ਰਖਾਤਾ ਰੱਖਿਆ ਕਿ ਆਹ ਤੇ ਤੁਹਾਡੀ ਅਸਲੀ ਜਗ੍ਹਾ, ਸਰਕਾਰ ਸਾਨੂੰ ਹੁਕਮ ਕਰੋ ਅਸੀਂ ਅੱਗੇ ਕਿੱਥੇ ਜਾਈਏ ਹੁਣ ਇੱਥੋਂ। ਬੋਬੀ ਜੀ ਵੈਸੇ ਬਹੁਤ ਦਿਲ ਨੂੰ ਛੂ ਜਾਣ ਵਾਲੀ ਗੱਲ ਜਿਹੜੀ ਆ ਤੁਸੀਂ ਕੀਤੀ ਹੈ ਕਿ 180 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਇੱਥੋਂ ਥੋੜ੍ਹੇ ਹੀ ਫਾਸਲੇ ਦੇ ਉੱਤੇ, ਮੇਰਾ ਖਿਆਲ ਹੈ ਜ਼ਿਆਦਾ ਜ਼ਿਆਦਾ 300 ਕਦਮ ਹੋਏਗਾ, 300 ਕਦਮ ਦੂਰ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਅੰਤਮ ਸੰਸਕਾਰ ਕੀਤਾ ਗਿਆ ਸੀ, ਜਿੱਥੇ ਚਿਤਾ ਜਲਾਈ ਗਈ ਸੀ, ਉਹ ਬਿਲਕੁਲ ਨੇੜੇ ਹੀ ਹੈ, ਜਿੱਥੇ ਟੋਂਬ ਆਫ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਸ ਤਰ੍ਹਾਂ ਕਿ ਮੈਂ 1880 ਤੋਂ ਲੈ ਕੇ ਹੁਣ ਤੱਕ ਦੀਆਂ ਡਿਫਰੈਂਟ ਪਿਕਚਰਸ ਜਿਹੜੀਆਂ ਨੇ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਹੁੰਦਾ ਵਾਂ। ਅਤੇ ਕੋਈ ਆਖਰੀ ਗੱਲ ਬੋਬੀ ਜੀ ਜਿਹੜੀ ਜਗਤ ਸੰਗਤ ਨੂੰ ਕੁਛ ਕਹਿਣਾ ਚਾਹੋ? ਬਸ ਐਡੇ ਵੱਡੇ ਦਿਹਾੜੇ ਉੱਤੇ ਕਿ ਅਸੀਂ ਫਿਰ ਇਕੱਠੇ ਹੋਈਏ, ਲਾਹੌਰ ਫਿਰ ਇਕੱਠੇ ਹੋਈਏ, ਜਿਹੜੀ ਸ਼ਾਨ ਇੱਥੇ ਦੀ, ਜਿਹੜਾ ਪਿਆਰ ਆ, ਇੱਜ਼ਤ ਆ, ਬਣਾ ਕੇ ਰੱਖੀਏ, ਮਜ਼ਬੂਤ ਕਰੀਏ, ਔਰ ਮਜ਼ਬੂਤ ਕਰੀਏ ਕਿ ਸਾਨੂੰ ਕੋਈ ਤੋੜ ਨਹੀਂ ਸਕਿਆ। ਅਸੀਂ ਪੰਜਾਬੀ ਆ, ਸਿੱਖ ਬਾਅਦ 'ਚ ਆ, ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦਾ ਰਾਜਾ ਸੀ, ਤਾਂ ਉਹੀ ਉਹਨਾਂ ਦੇ ਜਿਹੜੇ ਅਸੂਲ ਸੀ, ਜਿਹੜੇ ਉਹਨਾਂ ਦੇ ਸੋਚ ਸੀ, ਬਹੁਤ ਦੂਰ ਦੇ ਸੋਚ ਆ, ਅਸੀਂ ਉਹਨਾਂ ਦਾ ਮੁਕਾਬਲਾ ਕਦੀ ਨਹੀਂ ਕਰ ਸਕੂਗੇ, ਅਸੀਂ ਇੱਕ ਛੋਟੇ ਹੀ ਆਦਮੀ ਹਾਂ ਜੋ ਉਹ ਸਾਨੂੰ ਗਾਈਡ ਕਰਦਾ। ਬੋਬੀ ਜੀ ਇੱਕ ਰਿਕਾਰਡ, ਮੈਂ ਆਰਕਾਈਵ ਦਾ ਰਿਕਾਰਡ ਚੈੱਕ ਕਰਨ ਵਾਸਤੇ ਗਿਆ 2 ਮਹੀਨੇ ਪਹਿਲੇ, ਡਾਇਰੈਕਟਰ ਆਰਕਾਈਵ ਸੈਕਟਰੀ ਆਰਕਾਈਵ ਨੇ ਬੜਾ ਤਾਵਨ ਕੀਤਾ, ਉਹਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚੋਂ ਜਿਹੜਾ ਰਿਕਾਰਡ ਸਾਹਮਣੇ ਆਇਆ ਉਹਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਹੈ ਕਿ ਅਗਰ ਗੋਰਾ ਡਰਦਾ ਸੀ ਕਿਸੇ ਕੋਲੋਂ, ਪੰਜਾਬੀ ਤੋਂ ਡਰਦਾ ਸੀ, ਔਰ ਪੂਰੇ ਡਾਕੂਮੈਂਟਸ ਇਸ ਚੀਜ਼ ਨੂੰ ਸ਼ੋਅ ਕਰਦੇ ਆ, ਕਰਫਿਊ ਲਾ ਦੇਣਾ 40 ਸ਼ਹਿਰਾਂ ਦੇ ਵਿੱਚ ਜਲਿਆਂਵਾਲਾ ਬਾਗ। ਦੇਖੋ ਤੁਸੀਂ ਦੇਖੋ ਅੰਗਰੇਜ਼ਾਂ ਨੇ ਕਿਉਂ ਸਮਝੌਤਾ ਕੀਤਾ ਰਣਜੀਤ ਸਿੰਘ ਦੇ ਨਾਲ 1809 'ਚ, 1811 'ਚ ਟ੍ਰੀਟੀਆਂ ਕਿਉਂ ਸਾਈਨ ਕੀਤੀ ਅੰਗਰੇਜ਼ਾਂ ਰਣਜੀਤ ਸਿੰਘ ਦੇ ਨਾਲ, ਉਹਨੂੰ ਪਤਾ ਸੀ ਅੰਗਰੇਜ਼ਾਂ ਨੂੰ ਐਂਡ ਦੇ ਉੱਤੇ ਕਿ 100 ਸਾਲ ਬਾਅਦ ਪੰਜਾਬ ਤੇ ਕਬਜ਼ਾ ਕਰ ਸਕਿਆ। ਰਣਜੀਤ ਸਿੰਘ ਬਹੁਤ ਤਾਕਤਵਰ ਆਦਮੀ ਸੀ, ਉਹਨਾਂ ਦੀ ਫੌਜ ਪੂਰੀ ਯੂਰੋਪੀਅਨ ਦੇ ਨਾਲ ਰਲੀਓ ਸੀ, ਟ੍ਰੇਨਿੰਗ ਦਿੱਤੀ ਗਈ ਉਸ ਯੂਰੋਪੀਅਨ ਦਾ, ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਅਸੀਂ ਇਹਨਾਂ ਇੱਦਾਂ ਕਰਦੇ ਦੋਸਤੀ ਬਣਾਉਂਦੇ ਆ। ਉਹਨਾਂ ਮਰਨ ਦੀ ਦੇਰ ਸੀ, ਉਹ ਜਦੋਂ ਫੌਤ ਹੋਏ। ਬੋਬੀ ਜੀ ਤੁਹਾਡੀ ਵੀ ਵੈਸੇ ਕਾਫੀ ਰਿਸਰਚ ਹੈ ਇਸ ਚੀਜ਼ ਦੇ ਮੁਤਲਕ ਕਿ ਜਿਹੜਾ ਇਹ ਜਿਹੜੀ ਗੱਲ ਹੈ ਜਿਹੜੀ ਹੁਣ ਇਸ ਵਾਰੀ ਸਾਹਮਣੇ ਆਈ ਹੈ, ਜਿਹੜਾ ਇੱਕ ਰਿਕਾਰਡ ਜਿਹੜਾ 100 ਸਾਲ ਤੱਕ ਉਹਨੂੰ ਬਿਲਕੁਲ ਪੈਕਅਪ ਕਰਕੇ ਰੱਖ ਦਿੱਤਾ ਗਿਆ ਸੀ। ਬਹੁਤ ਰਾਜ ਪਏ ਉੱਥੇ ਲੰਡਨ 'ਚ, ਬਹੁਤ ਕੁਛ ਪਿਆ, ਹਲੇ ਖੋਲਿਆ ਨਹੀਂ ਗਿਆ, ਫਾਈਲਾਂ ਬੰਦ ਪਈਆਂ, ਹਲੇ ਬਹੁਤ ਕੁਛ ਹੈਗਾ ਦੇਖਣ ਨੂੰ, ਉੱਥੇ ਬਹੁਤ ਕੁਛ ਖੋਜ ਹੋਣੀ ਆ, ਬਹੁਤ ਕੁਛ ਇੱਦਾਂ ਦੇ ਕਿ ਖਬਰਾਂ ਆਉਣੀਆਂ ਕਿ ਸਾਨੂੰ ਪਤਾ ਨਹੀਂ ਕਿ ਬ੍ਰਿਟਿਸ਼ ਨੇ ਬੰਦ ਕੀਤੀਆਂ ਫਾਈਲਾਂ, ਉਹ ਅਸੀਂ ਜਾ ਕੇ ਖੋਲਦੇ ਆ। ਮੂੰਹ ਕਾਲਾ ਹੁੰਦਾ? ਬਿਲਕੁਲ ਨਹੀਂ, ਉਹਨਾਂ ਦਾ ਮੂੰਹ ਕਾਲਾ ਹੋ ਗਿਆ, ਉਹਨਾਂ ਨੇ ਜ਼ੁਲਮ ਕੀਤਾ, ਜ਼ੁਲਮ ਕੀਤਾ, ਗਦਾਰੀ ਕੀਤੀ ਗਈ ਆ, ਤਾਂ ਉਹਨਾਂ ਦਾ ਹਨਾ ਸਾਡੇ ਕੁਛ ਕਾਫੀ ਕੁਛ ਮਤਲਬ ਸਮਾਨ ਪਿਆ ਲੰਡਨ ਦੇ ਵਿੱਚ, ਇੰਗਲੈਂਡ 'ਚ, ਆਰਕਾ, ਅੰਗਰੇਜ਼ਾਂ ਲਾਹੌਰ ਦੇ ਵਿੱਚ ਬਹੁਤ ਹੈ ਜੀ, ਹਲੇ ਤੇ ਉਹ ਨਹੀਂ ਖੁੱਲਿਆ, ਉਹ ਨਹੀਂ ਖੁੱਲੇ ਕਿ ਅੰਗਰੇਜ਼ਾਂ ਨੇ ਇਹ ਸੀ ਇੱਕ ਮੈਂ ਦਾਅਵਾ ਦਿੰਦਾ ਅੰਗਰੇਜ਼ਾਂ ਨੂੰ ਕਿ ਇਹ ਰਿਕਾਰਡ ਬੜੇ ਸਹੀ ਰੱਖਦੇ ਸੀ, ਤਾਂ ਇਹ ਸਹੀ ਚੀਜ਼ਾਂ ਰੱਖਦੇ ਸੀ। ਲੇਕਿਨ ਇੰਨੀਆਂ ਲਕੋਪ ਆਇਆ ਕਿ ਕਿਸੇ ਨੇ ਪੜ੍ਹਨ ਦੇ ਕਾਬਿਲ ਨਹੀਂ ਛੱਡਿਆ। ਚਲੋ ਬਾਬੀ ਜੀ, ਤੁਹਾਨੂੰ ਤੁਹਾਡੇ ਸਸਰਾਲ ਫਿਰ ਇੱਕ ਵਾਰੀ ਜੀ ਆਇਆਂ ਨੂੰ ਅਸੀਂ ਕਹਿੰਦੇ ਹਾਂ, ਅਤੇ ਤੁਹਾਨੂੰ ਮੁਲਾਕਾਤ ਹੁੰਦੀ ਹੈ ਬਸ, ਤੁਸੀਂ ਅਸੀਂ ਪ੍ਰੋਗਰਾਮ ਖਤਮ ਕਰਦੇ ਹਾਂ ਫਿਰ ਤੁਹਾਡਾ ਫੋਟੋ ਸੈਸ਼ਨ ਕਰਦੇ ਹਾਂ ਅਸੀਂ ਆ ਰਹੇ ਹਾਂ। ਉਹ ਕੋਈ ਤੁਹਾਡੇ ਨਾਲ ਕੁਛ ਆ ਰਹੇ ਨੇ BBC ਉਰਦੂ ਤੋਂ, ਉਹ ਗੱਲ ਕਰਨ। ਅੱਛਾ ਜੀ, ਤਾਂ ਜੀ ਵੀਰ ਜੀ, ਕੀ ਹੋਰ ਕੀ ਮੈਸੇਜ ਦੇਣਾ ਚਾਹੋਗੇ ਜਗਤ ਸੰਗਤ ਨੂੰ, ਆਪਣੀ ਜਿੰਨੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਪਿਆਰ ਨਾਲ ਹੀ ਸਭ ਕੁਝ ਹੁੰਦਾ ਜੀ, ਪਿਆਰ ਜਿਹੜੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ, ਅਗਰ ਕਿਸੇ ਨੂੰ ਅਸੀਂ ਪਿਆਰ ਦੇਵਾਂਗੇ ਤਾਂ ਸਾਨੂੰ ਪਿਆਰ ਦੇਗਾ, ਅਸੀਂ ਕਿਸੇ ਨੂੰ ਗਾਲ ਕੱਢਾਂਗੇ ਸਾਨੂੰ ਗਾਲ ਹੀ ਕੱਢੇਗਾ ਨਾ। ਬਿਲਕੁਲ ਜੀ, ਬਿਲਕੁਲ ਜੀ, ਠੀਕ ਹੈ ਨਾ, ਅਸੀਂ ਉਹਨੂੰ ਪਿਆਰ ਜੀ ਸਦਕੇ ਕਰਾਂਗੇ, ਤੁਸੀਂ ਮੁਹੱਬਤ ਦਾ ਸਫ਼ਰ, ਮੁਹੱਬਤ ਦਾ ਪੈਗਾਮ ਲੈ ਕੇ ਆਏਗਾ।
थैंक यू जी, बहुत शुक्रिया जी। इस तो वड्डा तो पैगाम ही कोई नहीं हैगा जी। जी बिल्कुल जी, पीर पैगंबर और कहांगा कि जिन्ने भी साढ़े सन पीर पैगंबर गुरु साहिबान सारे का मैसेज जोड़ा सी प्यार दा सी, मोहब्बत दा सी, और उस चीज़ ने आज तक सानू जोड़ कर रखा। थैंक यू जी, बहुत शुक्रिया जी। जुड़े रहो जी। जी बिल्कुल जी, जुड़े रहेंगे जी। अगर तुम जुड़े रहोगे तो असं भी जुड़े रहेंगे। प्यार जोड़ा वा हमेशा ही, क्योंकि मैं जिस तरह के तुम मैं पहले भी दस्या हो कि पिछले कह सकते हो तुम 9 साल तो जगत संगत का बहुत शुक्रिया जिन्होंने मैं 10 गोल्ड मैडल्स के नाल जोड़ा नवाजया। मेरे को 10 गोल्ड मैडल हो चुके हैं सिख संगत वालों, और साढ़े नाल कह लवो कि ईस्ट पंजाब तो आए हुए परौने सन, अपने विचार साझे कर रहे सन, जिन्होंने ये प्रोग्राम सारा जिन्हों की बदौलत है प्रोग्राम होया। बॉबी सिंह बंसल जिन्होंने 2 साल पहले जो सिख अंपायर एग्जीबिशन आप मेलबर्न इकट्ठे से उत्थे जो इन्होंने मैं विजन दसिया कि असी एक मूर्ति लाना चाहते हैं महाराजा रणजीत सिंह जी लाहौर फोर्ट के, दिस इज़ द राइट प्लेस, प्लेस है वो सही जगह सी जिथे कि इस मूर्ति को खड़ा किया जाना चाहिए सी, क्योंकि एक ही दरवाज़ा है जितों महाराणी जिंद कौर मिलने वास्ते महाराजा इस दरवाजे थानी अंदर जाते सी, और बूहे के नाल ही लैफ्ट साइड के उत्ते जना जनाबे वाली मूर्ति ला के और 3 लैंग्वेजेस के बोर्ड जोड़ा वो लाया भी गया वै, जिद एक गुरमुखी, एक इंग्लिश और एक उर्दू। आओ तो असं बोर्ड के भी दर्शन करवाने चलने कि बोर्ड जोड़ा लाया गया वो टोटल इनफॉर्मेशन जी है ठीक है। हाँ जी जी, मैं वो पकड़ लूँगा पावर बैंक उसके पास। लो जी, आ जड़े हूँ गोल्डन कलर दे विच ब्रॉस दे विच ने, इस वास्ते पूरे प्रॉपरली नज़र नहीं आ रहे, ते तीनों लैंग्वेजेस दे विच जड़ा है, फर्स्ट है उर्दू है, सैकेंड जी है गुरमुखी है, और थर्ड जी है वह इंग्लिश है जी। लो जी, ये प्रोजेक्ट 6 महीने में हो गया, 8 महीने में लगा, ये ब्रॉन्ज में बना है, कोल्ड ब्रॉन्ज, ये तकरीबन 10 फुट महाराजा का सिख का गेटअप करते हुए एक वीर जोड़ा है वो नाल तस्वीर लोग खिंचाते हैं। तुम देख रहे हो रेडियो साढ़े वाला 87.8 ऑकलैंड न्यूजीलैंड, तो तुसी लाइव देख रहे हो जी। दिस वीडियो इज़ प्रॉपर्टी ऑफ रेडियो साडेवाला, सो नो वन हैव टू राइट टू डाउनलोड एंड शेयर विद देयर ओन चैनल्स और एनी पेज प्लीज़। सो इफ़ यू वांट टू शेयर देन यू विल बी शुड बी यूज़ अवर रियल लिंक ऑफ रेडियो साडेवाला। ये पूरा पाकिस्तान का है, ये पाकिस्तान का जितने लोग इसका ये टीम वर्क है, ये मैं अकेले का प्रोजेक्ट नहीं है, एक आदमी अकेला नहीं ये काम कर सकता, ये पूरा टीम वर्क है, हम सब मिलकर बैठकर पूरे 2 साल लग गए, हर 2 महीने के बाद मीटिंग कर कर के इसको कहाँ तक, मैं तंग हो गया था, डिले हो गया था, 1-8 महीने पिछले साल ये लगने वाला था पिछले साल, लेकिन वाहिगुरु कहने ऊपर वाले कहता नहीं 180 साल में ये बनेगा, 180 साल है, उसी दिन में हम खड़ा करेंगे इसको जिस दिन का उसका फौत हुआ। आज जो है वो महाराजा रणजीत सिंह का बरसी भी है, बरसी भी है 180 साल की, तो दिस इज टू कमेमोरेट दैट बरसी और टू प्रमोट यूनिटी ऑफ फ्रेंडशिप बिटवीन पाकिस्तान एंड इंडिया, लेकिन फ्रेंडशिप बिटवीन ऑल द पंजाबीज, वही साड़ी पंजाबी किस तरह मुकाबला नहीं कर सकता, बड़े शुक्रगुजार हूँ। You are watching रेडियो साढ़े वाला, और जड़ा साढ़े नाल सिक्योरिटी टीम भी है जी जिन्होंने बिल्कुल ठीक है जी, असी हुन फाइनली फोटो सेशन करांगे जी, करदे हां फिर, रब रखा जी, फिर मुलाकात होंदी है।